ਲਗਾਤਾਰ ਵਧ ਰਹੀ ਧੁੰਦ ਦੇ ਚੱਲਦਿਆਂ ਪਠਾਨਕੋਟ ਪੁਲਿਸ ਨੇ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਇਲਾਕਿਆਂ ਵਿੱਚ ਸੁਰੱਖਿਆ ਵਧਾ ਦਿੱਤੀ ਹੈ। ਪੁਲਿਸ ਵੱਲੋਂ ਵਾਧੂ ਪੁਲਿਸ ਮੁਲਾਜ਼ਮ ਤਾਇਨਾਤ ਕਰਕੇ ਜੰਮੂ-ਕਸ਼ਮੀਰ ਤੋਂ ਆਉਣ ਵਾਲੇ ਵਾਹਨਾਂ ਨੂੰ ਰੋਕ ਕੇ ਚੈਕਿੰਗ ਕੀਤੀ ਜਾ ਰਹੀ ਹੈ। ਮੌਸਮ ਵਿੱਚ ਤਬਦੀਲੀ ਦੇ ਨਾਲ ਹੀ ਸਰਦੀ ਆ ਗਈ ਹੈ ਤੇ ਸਰਦੀਆਂ ਦੇ ਨਾਲ-ਨਾਲ ਧੁੰਦ ਵੀ ਦਿਖਾਈ ਦੇਣ ਲੱਗ ਜਾਂਦੀ ਹੈ ਜਿਸ ਕਾਰਨ ਸੁਰੱਖਿਆ ਏਜੰਸੀਆਂ ਦੀ ਡਿਊਟੀ ਸਖਤ ਹੋ ਜਾਂਦੀ ਹੈ। ਖਾਸ ਕਰਕੇ ਪਠਾਨਕੋਟ ਜੋ ਕਿ ਬਹੁਤ ਹੀ ਸੰਵੇਦਨਸ਼ੀਲ ਜ਼ਿਲ੍ਹਾ ਹੈ। ਭਾਰਤ ਵਿਚਾਲੇ ਇਲਾਕੇ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੂਜੇ ਪਾਸੇ ਜੰਮੂ ਕਸ਼ਮੀਰ ਦੀ ਸਰਹੱਦ ਜਿਸ ਕਾਰਨ ਜਿੱਥੇ ਭਾਰਤ ਪਾਕਿਸਤਾਨ ਸਰਹੱਦ ਤੇ ਬੀਐਸਐਫ ਦੇ ਜਵਾਨ ਖੜੇ ਹਨ ਉਥੇ ਹੀ ਪੁਲਿਸ ਪ੍ਰਸ਼ਾਸਨ ਨੇ ਵੀ ਨਾਕਾਬੰਦੀ ਕਰ ਦਿੱਤੀ ਹੈ ਜੰਮੂ ਕਸ਼ਮੀਰ ਤੋਂ ਆਉਣ ਵਾਲੀਆਂ ਅੰਦਰੂਨੀ ਸੜਕਾਂ ਤੇ ਵੀ ਰੱਖਿਆ ਦੀ ਦੂਜੀ ਲਾਈਨ ਤੇ ਵੀ ਧੁੰਦ ਦੇ ਦਿਨਾਂ ਵਿੱਚ ਪੁਲਿਸ ਵੱਲੋਂ ਚੌਕਸੀ ਵਧਾ ਦਿੱਤੀ ਜਾਂਦੀ ਹੈ ਅਤੇ ਹਰ ਵਾਹਨ ਨੂੰ ਰੋਕ ਕੇ ਚੈਕਿੰਗ ਕੀਤੀ ਜਾਂਦੀ ਹੈ ਪਠਾਨਕੋਟ ਜ਼ਿਲ੍ਹੇ ਚ ਦਾਖਲ ਹੋਣ ਦਾ ਇਹ ਕੋਈ ਇੱਕ ਰਸਤਾ ਕਠਲੋਰ ਅਤੇ ਮਾਧੂਪੁਰ ਪੁਲ ਤੋਂ ਹੁੰਦਾ ਹੈ ਜੰਮੂ ਕਸ਼ਮੀਰ ਦੇ ਨਾਲ ਜੰਮੂ ਕਸ਼ਮੀਰ ਦੇ ਨਾਲ ਲੱਗਦੇ ਰਾਵੀ ਦਰਿਆ ਤੇ ਕਈ ਅੰਦਰੂਨੀ ਰਸਤੇ ਹਨ ਪਰ ਪੁਲਿਸ ਦਿਨ ਰਾਤ ਵਾਹਨਾਂ ਨੂੰ ਰੋਕੇ ਚੈਕਿੰਗ ਕਰ ਰਹੀ ਹੈ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਪਠਾਨਕੋਟ ਨੇ ਦੱਸਿਆ ਕਿ ਸਰਦੀ ਦਾ ਮੌਸਮ ਅਤੇ ਧੁੰਦ ਵਧਨ ਕਾਰਨ ਪੁਲਿਸ ਦੀ ਡਿਊਟੀ ਹੋਰ ਸਖਤ ਹੋ ਜਾਂਦੀ ਹੈ ਜਿਸ ਕਾਰਨ ਪੁਲਿਸ ਵੱਲੋਂ ਜੰਮੂ ਕਸ਼ਮੀਰ ਅਤੇ ਭਾਰਤ ਪਾਕਿਸਤਾਨ ਸਰਹੱਦ ਨਾਲ ਲੱਗਦੇ ਇਲਾਕਿਆਂ ਤੇ ਠੀਕੀ ਨਜ਼ਰ ਰੱਖੀ ਜਾ ਰਹੀ ਹੈ ਸੀਸੀਟੀਵੀ ਕੈਮਰੇ ਵੱਖ-ਵੱਖ ਥਾਵਾਂ ਤੇ ਲਗਾਏ ਗਏ ਹਨ ਇਸ ਤੋਂ ਇਲਾਵਾ ਜੰਮੂ ਕਸ਼ਮੀਰ ਤੋਂ ਆਉਣ ਵਾਲੇ ਵਾਹਨਾਂ ਦੀ ਪੁਲਿਸ ਵੱਲੋਂ ਨਾਕੇਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ ਇਹਨਾਂ ਦਿਨਾਂ ਚ ਪੁਲਿਸ ਦੀ ਨਫਰੀ ਵਿਦਾਉਣ ਦਾ ਕੰਮ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਇਸੇ ਤਰ੍ਹਾਂ ਦੇ ਵੀ ਸ਼ਰਾਰਤੀ ਅਨਸਰਾਂ ਨੂੰ ਰੋਕਿਆ ਜਾ ਸਕੇ ਪਠਾਨਕੋਟ ਤੋਂ ਜੀਐਸੰਦੂਜੀ ਜ਼ੀਰੋ ਲਾਈਨ ਟੀਵੀ ਲਈ ਰਿਪੋਰਟ ਦੇਖਿਏ ہمارا ਪਠਾਨਕੋਟ ਦਾ ਏਰੀਆ ਤਕਰੀਬਨ 26 ਕਿਲੋਮੀਟਰ ਪੜਦਾ ਹੈ इंटरनेशनल uh, बॉर्डर के साथ तो सर्दियों का मौसम uh, शुरू हो गया है और uh, इसमें इस मौसम में uh, कोहरा भी पड़ता है तो उसके मद्देनज़र हमारी सेकेंड हैंड डिफेंस लाइन है सेकेंड लाइन ऑफ डिफेंस है जो वो हमने काफ़ी uh, जो मजबूती से uh, उसको रेज़ uh, किया हुआ है सो वी आर इन टच विद दी बीएसएफ जो uh, पहली लाइन ऑफ डिफेंस है उनके साथ हम इन टच हैं और इन कोऑर्डिनेशन हमारी वहाँ पर पेट्रोलिंग वगैरह चलती रहती है एंड वी आर इन टच विद अदर एजेंसीज़ एंड स्पेशल फोर्सेस आल्सो सो हमारा काफ़ी अच्छा कोऑर्डिनेशन है और हमारी अपनी टीम हमारी जो हमारी घातक है टीम्स और दूसरी टीम्स हैं आर्म टीम्स हैं वो रात के समय और दिन के समय भी डिप्लॉयड रहती हैं सो वी आर ऑन जॉब और uh, किसी की किसी तरह की भी कोई भी uh, जो इन्फिल्ट्रेशन uh, है जो uh, कोई ऐसी संभावना हो उसके लिए हम पूरी तरह सक्षम हैं हाँ वहाँ पर भी सिक्योरिटी अरेंजमेंट किए हुए हैं स्ट्रेटिकल पॉइंट्स पर हमारे जो हाई डेफिनेशन कैमरे हैं वो भी काम कर रहे हैं उनको लगातार मोनिटर किया जा रहा है कंट्रोल रूम पर और इसके अलावा हमारी आर्म्ड यूनिट है जो पंजाब पुलिस की कमांडोज़ की और हमारी डिस्ट्रिक्ट पुलिस की और स्वाइट की एस की वो तैनात की गई हैं